ਅੱਜ ਮੇਰੇ ਨਾਲ ਮੇਰੇ ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਸ਼ਰਮਾ ਜੀ, ਸ਼ਿਵ ਸੈਨਾ ਸਮਾਜਵਾਦੀ ਅਤੇ ਸਾਡੇ ਸੰਗਠਨ ਮੰਤਰੀ ਮਾਣਯੋਗ ਰਾਜੀਵ ਮਹਾਜਨ ਜੀ ਅਤੇ ਮੈਂ ਆਪ ਦਾ ਦਾਸ ਅੰਕਿਤ ਅਗਰਵਾਲ, ਇੱਕ ਵਪਾਰੀ ਹਾਂ, ਇੱਕ ਕਾਰਖਾਨੇਦਾਰ ਹਾਂ ਅਤੇ ਆਪ ਸਭ ਨੂੰ ਇਹੋ ਚੀਜ਼ ਦੱਸਣੀ ਚਾਹੁੰਦਾ ਵਾਂ ਕਿ ਮੋਦੀ ਦੀ ਜਿਹੜੀਆਂ ਨੀਤੀਆਂ ਵਾਂ ਉਹ ਇੱਕ ਵਪਾਰੀ ਵਰਗ, ਇੱਕ ਲੇਬਰ ਵਰਗ, ਉਹਨਾਂ ਦੇ ਬਰਖਿਲਾਫ਼ ਜੀ ਐੱਸ ਟੀ, ਨੋਟਬੰਦੀ, ਇਹਨਾਂ ਨੇ ਸਾਡੇ ਵਰਗੇ ਗਰੀਬ ਵਰਗ ਨੂੰ ਮਾਰਿਆ ਵਾ। ਸੰਨੀ ਦਿਓਲ ਜਿਹਨੇ ਭਗਵਾਨ ਭੋਲੇ ਸ਼ੰਕਰ ਦਾ ਅਪਮਾਨ ਕੀਤਾ, ਜਿਹਨਾਂ ਨੂੰ ਸਲੋਪਾ ਮਿਲਿਆ ਉਹ ਉਹਨੇ ਪੈਰਾਂ ਹੇਠ ਰੱਖਿਆ ਰੱਖਿਆ ਆਪ ਅਸੀਂ ਲੋਕਾਂ ਨੇ ਜਿਹੜਾ ਕੰਮ ਲੈਣਾ ਵਾ ਆਮ ਲੋਕਾਂ ਕੋਲੋਂ ਲੈਣਾ। ਦੇਖੋ ਉਹਨੇ ਆਉਣਾ ਅੱਜ ਅਤੇ ਮੁੜ ਕੇ 5 ਸਾਲਾਂ ਬਾਅਦ ਲੱਭਣਾ, ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਕਰਦਾ, ਇੱਕ ਸ਼ਿਵ ਸੈਨਾ ਦਾ ਮੈਂ ਨੇਤਾ ਹੁੰਦਾ ਵਾਂ। ਮੈਂ ਸ਼ਿਵ ਸੈਨਾ ਵੱਲੋਂ ਤੁਹਾਨੂੰ ਇਹ ਚੀਜ਼ ਕਰਦਾ, ਤੁਹਾਨੂੰ ਕੋਈ ਮੁਸ਼ਕਲ ਆਉਂਦੀ ਆ ਅਸੀਂ ਹਾਜ਼ਰ, ਅਸੀਂ ਤੁਹਾਨੂੰ ਕੋਈ ਅਪੀਲ ਨਹੀਂ ਕਰਦੇ ਕਿ ਤੁਸੀਂ ਕਿਸੇ ਪਾਰਟੀ ਕਿਸੇ ਸਪੈਸ਼ਲ ਨੂੰ ਵੋਟ ਪਾਓ, ਪਰ ਮੋਦੀ ਦੇ ਬਰਖਿਲਾਫ਼ ਅਸੀਂ ਵੋਟ ਪਾਉਣੀ ਆ। ਇਹ ਤੁਹਾਡੀ ਆਮ ਜਨਤਾ ਦੀ ਆਵਾਜ਼ ਆ, ਕਾਂਗਰਸ ਪਾਰਟੀ ਅਤੇ ਆਮ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਓ, ਪਾਉਂਦੇ ਹੀ ਜਿਨ੍ਹਾਂ ਵਾਸਤੇ ਜਿਨ੍ਹਾਂ ਨੇ ਗਰੀਬਾਂ ਦਾ ਭਲਾ ਕਰਨਾ। ਬਿਲਕੁਲ, ਅਸੀਂ ਕਿਸੇ ਖਾਸ ਪਰਪਸ ਵਾਸਤੇ ਨਹੀਂ ਇਕੱਠੇ ਹੋਏ, ਸਿਰਫ ਇਸ ਵਾਸਤੇ ਇਕੱਠੇ ਹੋਏ ਹਾਂ ਕਿ ਕੱਲ ਨੂੰ ਸਾਨੂੰ ਕੋਈ ਕੰਮ ਪੈਂਦਾ ਵਾ ਤੇ ਉਹ ਬੰਦਾ ਤੇ ਸਾਨੂੰ ਸਾਹਮਣੇ ਲੱਭੇ। ਅਸੀਂ ਤੁਹਾਡੇ ਸਾਡੇ ਆ ਪ੍ਰਧਾਨ ਜੀ ਓਮ ਪ੍ਰਕਾਸ਼ ਸ਼ਰਮਾ ਜੀ ਸਵੇਰੇ 10 ਵਜੇ ਦਫ਼ਤਰ ਆ ਜਾਂਦੇ ਆ, 6 ਵਜੇ ਉੱਠ ਕੇ ਜਾਂਦੇ ਆ। ਕੋਈ ਐਸਾ ਵਰਗ ਨਹੀਂ, ਕੋਈ ਐਸਾ ਉਹ ਨਹੀਂ ਕਿ ਜਿਨ੍ਹਾਂ ਨੇ ਇਹਨਾਂ ਕੋਲੋਂ ਕੰਮ ਨਹੀਂ ਲਿੱਤਾ। ਸਾਡੇ ਇਮਾਨਦਾਰ ਸੱਚੇ ਸੁੱਚੇ, ਅਸੀਂ ਕੋਈ ਪਾਰਟੀ ਦੀ ਸਾਡਾ ਕੋਈ ਐਮ ਸੀ ਨਹੀਂ, ਕੋਈ ਐਮ ਐਲ ਏ ਨਹੀਂ, ਪਰ ਅਸੀਂ ਹਮੇਸ਼ਾ ਗਰੀਬਾਂ ਵਾਸਤੇ, ਹਮੇਸ਼ਾ ਜ਼ਰੂਰਤਮੰਦ ਵਾਸਤੇ ਅਸੀਂ ਖੜ੍ਹੇ ਹਾਂ। ਜੇ ਤੁਹਾਡਾ ਕੰਮ ਕਾਂਗਰਸ ਨਹੀਂ ਕਰਦੀ, ਬੀ ਜੇ ਪੀ ਨਹੀਂ ਕਰਦੀ, ਸਾਡੇ ਕੋਲ ਆਓ। ਸਾਡੀ ਜਿਹੜੀ ਪਾਰਟੀ ਦੀ ਵੋਟ ਆ ਇਹ ਬੀਜੇਪੀ ਦੇ ਬਰਖਿਲਾਫ਼ ਜਾ ਕੇ ਕਾਂਗਰਸ ਨੂੰ ਪਵੇ, ਤਾਂ ਜੋ ਜਿਹੜੇ ਸਾਡੇ ਬੰਦੇ ਆ ਉਹਨਾਂ ਦਾ ਵਾਧਾ ਹੋਵੇ। ਕਿਉਂਕਿ ਸਾਡੇ ਪ੍ਰਧਾਨ ਜੀ ਦਾ ਤਾਲਮੇਲ ਤੇ ਬਰਿੰਦਰ ਸਿੰਘ ਬਾਜਵਾ ਨਾਲ ਬਿਲਕੁਲ ਇਸ ਤਰ੍ਹਾਂ ਵਾ ਜਿਸ ਤਰ੍ਹਾਂ ਭਰਾਵਾਂ ਦਾ ਦੋ ਮਹੀਨੇ। ਜੇ ਤੁਸੀਂ ਮੋਦੀ ਨੂੰ ਵੋਟ ਪਾਉਂਦੇ ਹੋ ਤੇ ਕਾਰੋਬਾਰ ਬੰਦ ਆ, ਵੀ ਵੇਖਿਆ ਵਾ ਜੀ ਐਸ ਟੀ ਨੇ ਸਾਨੂੰ ਬੜੀ ਡੂੰਘੀ ਤਰ੍ਹਾਂ ਮਾਰਿਆ, ਨੋਟਬੰਦੀ ਨੇ ਸਾਡੇ ਗਰੀਬਾਂ ਦੇ, ਸਾਡੇ ਆਮ ਭੈਣਾਂ ਭਰਾਵਾਂ ਲੋਕਾਂ ਨੂੰ ਮਾਰਿਆ ਵਾ। ਅਸੀਂ ਕਿਸੇ ਪਾਰਟੀ ਖਾਸ ਨੂੰ ਵਿਸ਼ੇਸ਼ ਨਹੀਂ ਰੱਖਦੇ, ਸਾਡੀ ਸ਼ਿਵ ਸੈਨਾ ਸਮਾਜਵਾਦੀ ਕਿਸੇ ਪਾਰਟੀ ਵਿਸ਼ੇਸ਼ ਨੂੰ ਪਰਪਸ ਨਹੀਂ ਰੱਖਦੀ, ਅਸੀਂ ਸਿਰਫ ਇਸ ਕਰਕੇ ਆਏ ਹਾਂ ਕਿ ਸਾਡੀ ਸ਼ਿਵ ਸੈਨਾ ਪਾਰਟੀ ਜਿਹੜੀ ਆ ਆਪਣੇ ਬੰਦਿਆਂ ਨਾਲ ਖਲੋਤੀ ਆ। ਰਾਜ ਕਿਸੇ ਦਾ ਹੋਵੇ ਅਸੀਂ ਖਲੋਤੇ ਆ। ਜਿਹੜੀ ਤੁਹਾਡੀ ਮੰਗ ਹੈ ਜੀ ਆਪਣੇ ਪ੍ਰਧਾਨ ਹੋਣਾ ਤੱਕ ਪਹੁੰਚਾ ਦਿਆਂਗਾ, ਜਿਹੜੀ ਤੁਹਾਡੀ ਮੰਗ ਹੈ
ਅੱਜ ਮੇਰੇ ਮਾਨਯੋਗ ਪ੍ਰਧਾਨ ਹੋਣੀ ਇੱਥੇ ਬੈਠੇ ਨੇ ਤੇ ਸ਼ਰਮਾ ਜੀ ਬੈਠੇ ਨੇ ਮਾਈ ਸਾਹਿਬ ਬੈਠੇ ਨੇ ਤੇ ਉਹ ਲੋਕ ਨੇ ਯਕੀਨ ਹੋ ਗਿਆ ਉਹਨੇ ਬਾਤਾਂ ਕਾਂਗਰਸ ਜਿਹੜੇ ਇਹ ਸਾਡੀ ਇਹ ਚੀਜ਼ਾਂ ਦੀ ਅੱਗੋਂ ਮੈਂ ਲਿਖ ਕਰਦੇ ਨੇ ਹਾਂਜੀ ਹਾਂ ਇੰਨੀ ਵੀ ਸੜਕ ਬਣਾ ਲਿਓ ਇਹਨਾਂ ਦਾ ਅੱਗੋਂ ਗਾਂ ਫਰਜ ਬਣਦਾ ਤੁਸੀਂ ਇਹਨਾਂ ਨੂੰ ਮਜ਼ਬੂਤ ਕਰੋ ਇਹ ਗਾਂ ਤੁਹਾਨੂੰ ਮਜ਼ਬੂਤ ਕਰ ਦੇਣਗੇ ਬਿਲਕੁਲ ਬਿਲਕੁਲ ਅਸੀਂ ਭਾਜਪਾ ਜੀ ਮੋਰਾ ਲਵਾਉਂ ਕਾਂਗਰਸ ਕਹੀ ਹੈ ਕਾਂਗਰਸ ਨੇ 50 ਸਾਲ ਤੋਂ ਸਾਡੀ ਬਜ਼ੁਰਗ ਕਾਂਗਰਸੀ ਨੇ ਅਸੀਂ ਕਾਂਗਰਸ ਦੇ ਵਿੱਚ ਬੋਲ ਰੋਜ਼ ਸਾਡੇ ਮੱਥੇ ਲੜਦੇ ਇਹ ਸਾਡੇ ਜਿਹੜੇ ਆ ਪ੍ਰਧਾਨ ਜੀ ਆ ਇਹ ਸਾਡੇ ਆਮ ਲੋਕਾਂ ਵਿੱਚ ਵਿਚਰਦੇ ਨੇ ਠੀਕ ਹੈ ਇਹਨਾਂ ਕੋਲ ਜੈਡ ਸਕਿਉਰਿਟੀ ਵੀ ਆ ਜਾਂਦੀ ਆ ਕੁਛ ਵੀ ਆ ਜਾਂਦਾ ਪਰ ਨਹੀਂ ਇਹ ਆਮ ਲੋਕਾਂ ਵਿੱਚ ਵਿਚਰਦੇ ਨੇ ਇਹ ਇਹ ਵਿਸ਼ੇਸ਼ ਤੌਰ ਤੇ ਵੱਡੇ ਲੈਵਲ ਤੇ ਆਮ ਇਹਨਾਂ ਕੋਲ ਜਦੋਂ ਮਰਜ਼ੀ ਕੋਈ ਬੰਦਾ ਵੀ ਫਰਿਆਦ ਲੈ ਕੇ ਜਾਂਦਾ ਇਹ ਉਹਨਾਂ ਦੀਆਂ ਹਰ ਚੀਜ਼ ਉਹਨਾਂ ਨਾਲ ਹਰ ਵੇਲੇ ਖੜੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਯਕੀਨ ਦਵਾਉਂਦਾ ਕਿ ਕਿਸੇ ਨੂੰ ਕੋਈ ਕੰਮ ਹੋਵੇ ਮੈਂ ਖਲੋ ਜਦੋਂ ਮਰਜ਼ੀ ਜਦੋਂ ਮਰਜ਼ੀ ਕੋਈ ਕੰਮ ਹੋਵੇ ਮੇਰੇ ਕੋਲ ਆਓ ਕੋਈ ਪਾਰਟੀ ਨਾ ਕਰਾਏ ਇਹ ਸ਼ਿਵ ਸੈਨਾ ਸਮਾਜਵਾਦੀ ਦਾ ਤੁਹਾਨੂੰ ਵਾਅਦਾ ਵਾ ਕਿ ਅਸੀਂ ਜਿੱਥੋਂ ਤੱਕ ਸਿਰ ਅੜੇਗਾ ਕੰਮ ਪੂਰਾ ਹੋਏ ਨਾ ਹੋਏ ਉਹਦੀ ਮੈਂ ਗਰੰਟੀ ਨਹੀਂ ਦਿੰਦਾ ਪਰ ਜਿੱਥੋਂ ਤੱਕ ਸਾਡਾ ਸਿਰ ਅੜੇਗਾ ਅਸੀਂ ਤੁਹਾਡੇ ਨਾਲ ਖੜੋਂਗੇ ਵਿੱਚ ਕੋਈ ਦੂਜੀ ਦੋ ਰਾਏ ਨਹੀਂ ਲੋਕਾਂ ਵਾਂਗੂ ਅਸੀਂ ਕੋਈ ਉਹ ਨਹੀਂ ਕਰੀਦਾ ਸਾਡਾ ਸਿਰਫ ਮਕਸਦ ਇਹ ਆ ਇੱਕ ਆਪਸੀ ਭਾਈਚਾਰਾ ਸ਼ਿਵ ਸੈਨਾ ਦਾ ਮਤਬਲ ਇਹ ਨਹੀਂ ਹੋ ਜਾਂਦਾ ਕਿ ਇਹ ਸਿਰਫ ਹਿੰਦੂਆਂ ਵਾਸਤੇ ਆ ਸਾਡੇ ਵਿੱਚ ਸਿੱਖ ਭਰਾ ਸਿੱਖ ਭਾਈਚਾਰਾ ਕੋਈ ਫਰਕ ਨਹੀਂ ਗਾ ਇੱਕ ਪਾਰਟੀ ਦਾ ਨਾਮ ਹੁੰਦਾ ਵਾ ਚਲੋ ਸ਼ਿਵ ਸੈਨਾ ਸਮਾਜਵਾਦੀ ਦੀ ਤੁਸੀਂ ਖਬਰ ਅੱਜ ਤੋਂ 3-4 ਦਿਨ ਪਹਿਲਾਂ ਸਾਰੀਆਂ ਅਖਬਾਰਾਂ 'ਚ ਪੜ੍ਹੀ ਹੋਏਗੀ ਜਿਹਦੇ ਵਿੱਚ ਸਾਰੇ ਤੁਸੀਂ ਜਾਣਦੇ ਹੋ ਵੀ ਇੱਕ ਫੋਟੋ ਵਾਇਰਲ ਹੋਈ ਸੀ ਸੰਨੀ ਦਿਓਲ ਨੇ ਇੱਕ ਰੋਡ ਸ਼ੋਅ ਕੱਢਿਆ ਸੀ ਗੁਰਦਾਸਪੁਰ ਵਿਖੇ ਜਿੱਥੇ ਉਹਨੇ ਸ਼ਿਵ ਸ਼ੰਕਰ ਭਗਵਾਨ ਦੀ ਫੋਟੋ ਟਰੱਕ ਤੇ ਲੱਗੀ ਹੈ ਤੇ ਉਹਦੇ ਉੱਤੇ ਆਪਣੇ ਪੈਰ ਰੱਖੇ ਨੇ ਸਾਡੀ ਪਾਰਟੀ ਸ਼ਿਵ ਸੈਨਾ ਸਮਾਜਵਾਦੀ ਨੇ ਇਸ ਗੱਲ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਸੰਨੀ ਦਿਓਲ ਨੂੰ ਇੱਕ ਮੌਕਾ ਦਿੱਤਾ ਸੀ ਵੀ ਉਹ ਭਗਵਾਨ ਸ਼ੰਕਰ ਤੋਂ ਅੱਚਲ ਸਾਹਿਬ ਵਿਖੇ ਆ ਕੇ ਮਾਫ਼ੀ ਮੰਗੇ ਜੇ ਉਹ ਮਾਫ਼ੀ ਨਹੀਂ ਮੰਗਦਾ ਤਾਂ ਸ਼ਿਵ ਸੈਨਾ ਸਮਾਜਵਾਦੀ ਸੰਨੀ ਦਿਓਲ ਦੇ ਖਿਲਾਫ਼ ਆਪਣਾ ਮੋਰਚਾ ਖੋਲ੍ਹ ਦੇਗੀ ਠੀਕ ਹੈ ਉਸ ਬੰਦੇ ਦੇ ਵਿੱਚ ਇੰਨਾ ਹੰਕਾਰ ਹੈ ਕਿ ਉਸਨੇ ਆਪਣੇ ਹੰਕਾਰ ਦੇ ਵਿੱਚ ਭਗਵਾਨ ਸ਼ੰਕਰ ਕੋਲੋਂ ਵੀ ਮਾਫ਼ੀ ਨਹੀਂ ਮੰਗੀ ਕੱਲ੍ਹ ਉਹ ਬਟਾਲੇ ਰੋਡ ਸ਼ੋਅ ਕਰਨ ਆਇਆ ਉਹਨੇ ਸ਼ਿਵ ਸੈਨਾ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਅਤੇ ਨਾ ਹੀ ਉਹ ਕਿਸੇ ਮੰਦਰ ਵਿੱਚ ਜਾ ਕੇ ਉਹਨੇ ਇਹ ਆਪਣੀ ਜਿਹੜੀ ਭੁੱਲ ਹੈ ਉਹਦੀ ਗਲਤੀ ਮੰਨੀ ਹੈ ਵੀ ਮੇਰੇ ਕੋਲ ਗਲਤੀ ਹੋ ਗਈ ਹੈ ਇਸ ਕਰਕੇ ਅੱਜ ਸ਼ਿਵ ਸੈਨਾ ਸਮਾਜਵਾਦੀ ਨੇ ਆਪਣਾ ਪੂਰਾ ਮੋਰਚਾ ਖੋਲ੍ਹ ਦਿੱਤਾ ਵੀ ਸ਼ਿਵ ਸੈਨਾ ਸਮਾਜਵਾਦੀ ਸੰਨੀ ਦਿਓਲ ਨੂੰ ਨਾ ਵੋਟ ਪਾਏਗੀ ਅਤੇ ਨਾ ਵੋਟ ਪੈਣ ਦੇਗੀ ਸਾਡੇ ਜਿੱਥੇ ਜਿੱਥੇ ਯੂਨਿਟ ਨੇ ਜਿਸ ਤਰ੍ਹਾਂ ਤੁਹਾਡੇ ਮੁਰਗੀ ਮਹੱਲੇ 'ਚ ਤੁਸੀਂ ਸ਼ਿਵ ਸੈਨਾ ਇਕੱਠੇ ਹੋਏ ਹੋ ਬਟਾਲੇ ਜਿੱਥੇ ਜਿੱਥੇ ਦੀ ਸ਼ਿਵ ਸੈਨਾ ਯੂਨਿਟ ਨੇ ਹਲਕਾ ਗੁਰਦਾਸਪੁਰ ਅਤੇ ਲੋਕ ਸਭਾ ਹਲਕਾ ਜਿਹੜਾ ਗੁਰਦਾਸਪੁਰ ਹੈ ਪਠਾਨਕੋਟ ਤੱਕ ਜਿੱਥੋਂ ਜਿੱਥੋਂ ਤੱਕ ਸਾਡੇ ਯੂਨਿਟ ਨੇ ਸਾਡੀਆਂ ਟੀਮਾਂ ਨੇ ਕੰਮ ਕਰਨੀਆਂ ਅਸੀਂ ਲੋਕਾਂ ਦੇ ਘਰ ਘਰ ਜਾ ਕੇ ਇਹ ਪ੍ਰਚਾਰ ਕਰਾਂਗੇ ਵੀ ਸੰਨੀ ਦਿਓਲ ਇੱਕ ਹੰਕਾਰੀ ਬੰਦਾ ਜਿਹਨੇ ਭਗਵਾਨ ਸ਼ੰਕਰ ਤੋਂ ਮਾਫ਼ੀ ਨਹੀਂ ਮੰਗੀ ਉਹ ਤੁਹਾਡਾ ਲੋਕਾਂ ਦਾ ਗਰੀਬ ਲੋਕਾਂ ਦਾ ਵਕੀਲ ਕਰਾਏਗਾ ਉਸ ਬੰਦੇ ਨੇ ਆਪਣੀ ਭੁੱਲ ਦੀ ਗਲਤੀ ਮੰਨ ਲੈਂਦਾ ਤੇ ਫਿਰ ਹੋ ਸਕਦਾ ਸੀ ਅਸੀਂ ਉਹਦੇ ਖਿਲਾਫ਼ ਖੁੱਲ੍ਹ ਕੇ ਨਾ ਚੱਲਦੇ ਅੱਜ ਉਹਨੇ ਆਪਣੀ ਗਲਤੀ ਦੀ ਮਾਫ਼ੀ ਨਹੀਂ ਮੰਗੀ ਇਸ ਕਰਕੇ ਸ਼ਿਵ ਸੈਨਾ ਸਮਾਜਵਾਦੀ ਨੇ ਆਪਣਾ ਮੋਰਚਾ ਖੋਲ੍ਹਿਆ ਉਸਦੇ ਖਿਲਾਫ਼ ਅਸੀਂ ਤੁਹਾਨੂੰ ਘਰ ਘਰ ਜਾਣਾ ਪਵੇ ਅਸੀਂ ਘਰ ਘਰ ਜਾ ਕੇ ਪ੍ਰਚਾਰ ਕਰਾਂਗੇ ਸ਼ਿਵ ਸੈਨਾ ਸਮਾਜਵਾਦੀ ਤੁਸੀਂ ਕਿਸੇ ਨੂੰ ਵੀ ਵੋਟ ਪਾਓ ਪਰ ਸੰਨੀ ਦਿਓਲ ਨੂੰ ਵੋਟ ਨਾ ਪਾਓ ਠੀਕ ਹੈ ਮੈਂ ਤੁਹਾਨੂੰ ਕਿਸੇ ਪਾਰਟੀ ਵਿਸ਼ੇਸ਼ ਦਾ ਕੋਈ ਮਤਲਬ ਨਹੀਂ ਦੱਸਦਾ ਵੋਟ ਪਾਓ ਤੁਸੀਂ ਉਹਨੂੰ ਪੈਣੀ ਵੀ ਨਹੀਂ ਜਿਹਨੂੰ ਵੀ ਵੋਟ ਪਾਣੀ ਹੈ ਪਾਓ ਪਰ ਸੰਨੀ ਦਿਓਲ ਨੂੰ ਵੋਟ ਨਾ ਪਾਓ ਉਹਦੇ ਹਿੰਦੂ ਸਮਾਜ ਦਾ ਅਪਮਾਨ ਕੀਤਾ ਹੈ
ਉਸਨੂੰ ਪਤਾ ਲੱਗਣਾ ਚਾਹੀਦਾ ਕਿ ਹਿੰਦੂ ਸਮਾਜ ਦਾ ਅਪਮਾਨ ਕਰਨ ਦਾ ਕੀ ਮੁੱਲ ਪੈਂਦਾ ਹੈ। ਇਸ ਕਰਕੇ ਹਿੰਦੂ ਸਮਾਜ ਨੂੰ ਇਸ ਵੇਲੇ ਜਾਗਰੂਕ ਹੋ ਜਾਣਾ ਚਾਹੀਦਾ ਹੈ ਵੀ ਜੇ ਉਸਨੇ ਸਾਡੇ ਭਗਵਾਨ ਸ਼ੰਕਰ ਦਾ ਅਪਮਾਨ ਕੀਤਾ ਹੈ ਤਾਂ ਅਸੀਂ ਇਸ ਬੰਦੇ ਨੂੰ ਵੋਟ ਪਾ ਕੇ ਇਹਦਾ ਕੋਈ ਰਹਿਤ ਨਹੀਂ ਰੱਖਣੀ, ਨਾ ਇਹਨੂੰ ਵੋਟ ਪਾਉਣੀ ਹੈ, ਨਾ ਹੀ ਆਪਣੇ ਕੋਈ ਰਿਸ਼ਤੇਦਾਰ ਨੂੰ ਇਹਨੂੰ ਪਾਉਣ ਦੇਣੀ ਹੈ। ਤੁਹਾਡੇ ਜਿੰਨੇ ਸੱਜਣ ਨੇ ਮਿੱਤਰ ਨੇ ਸਭ ਨੂੰ ਕਹਿਣਾ ਵੀ ਸੰਨੀ ਦਿਓਲ ਨੂੰ ਵੋਟ ਨਹੀਂ ਪਾਉਣੀ। ਸ਼ਿਵ ਸੈਨਾ ਸਮਾਜਵਾਦੀ ਦਾ ਇਸ ਵੇਲੇ ਇੱਕੋ ਹੀ ਮਕਸਦ ਹੈ ਵੀ ਸੰਨੀ ਦਿਓਲ ਨੂੰ ਵੋਟ ਨਹੀਂ ਪੈਣੀ। ਸਾਡੀ ਸ਼ਿਵ ਸੈਨਾ ਸਮਾਜਵਾਦੀ ਦਿਨ ਰਾਤ ਇੱਕ ਕਰਕੇ ਪੂਰੀ ਟੀਮ ਦੇ ਨਾਲ ਕੰਮ ਕਰੇਗੀ, ਪੂਰੇ ਲੋਕ ਸਭਾ ਹਲਕਾ ਦੇ ਵਿੱਚ ਇਹ ਕੰਮ ਕਰੇਗੀ ਵੀ ਸੰਨੀ ਦਿਓਲ ਦਾ ਪੂਰਾ ਵਿਰੋਧ ਕੀਤਾ ਜਾਏਗਾ ਤੇ ਉਹਨੂੰ ਵੋਟਾਂ ਪੈਣ ਤੋਂ ਰੋਕੀਆਂ ਜਾਣਗੀਆਂ। ਕਾਰੋਬਾਰ ਠੱਪ ਕੀਤੇ ਸਾਡੇ ਕੋਲ ਨਾ ਹੋਵੇ ਕਾਰੋਬਾਰ।